हाँ जी, किवें हो सारे? आई होप के तुसी ठीक होवोंगे। ते हुणे मैं जिहड़ा कूत चिड़िया नूं अपना दाणा पाणी पाता है ते उपर जाणा है। हुण उपर मैं वैसे पाणी चेंज करया वां कूतरा दा, ते एक वारी आपां इधर देख लैंदे, निगाह मार लैंदे, फिर चलदे आं उपर। तुसी देख सकदे हो दो बाहर बैठे, उधर भी दो अंदर, ते इधर भी दो अंदर, ते इधर जिहड़े आ इधर भी बैठे आ। इधर अजे बच्चे निकले नहीं, ते इधर आपां देखदे आं किन्ने आ। ਤੇ ਬੱਚੇ ਜਿਹੜੇ ਆ ਚਾਰ ਚਾਰ ਕਿ ਪੰਜ ਦੀਦੇ ਪਏ, ਪਤਾ ਨਹੀਂ, ਚਾਰ ਮੈਨੂੰ ਲੱਗਦੇ ਪਏ, ਤੇ ਆਂਡੇ ਤਿੰਨ ਹੀ ਆ। ਹਾਂਜੀ, ਆਂਡੇ ਸੱਤ ਸੀਗੇ ਟੋਟਲ, ਤੇ ਚਾਰ ਜਿਹੜੇ ਆ ਬੱਚੇ ਨਿਕਲ ਗਏ ਆ, ਤਿੰਨ ਰਹਿ ਗਏ ਆ, ਤੇ ਉਹ ਵੀ ਤਿੰਨ ਆਂਡੇ ਮੈਨੂੰ ਜਿਹੜੇ ਆ ਸਹੀ ਲੱਗਦੇ ਪਏ, ਤੇ ਉਹ ਵੀ ਸ਼ਾਇਦ ਨਿਕਲ ਆਉਣ ਛੇਤੀ। ਤੇ ਇਹ ਵੀ ਆਂਡੇ ਤੇ ਬੈਠੀ ਰਹਿੰਦੀ, ਹੁਣ ਪਤਾ ਨਹੀਂ ਹੁਣ ਖਰਾਬ ਆ ਕਿ ਸਹੀ ਆ ਇਹਦੇ ਆਂਡੇ। ਤੇ ਇੱਧਰ ਜਿਹੜੇ ਅਜੇ ਨਹੀਂ ਨਿਕਲੇ ਮੇਰੇ ਖਿਆਲ ਬੱਚੇ, ਆਵਾਜ਼ ਤਾਂ ਆਉਂਦੀ ਨਹੀਂ ਪਈ, ਜੋ ਨਿਕਲੂਗੀ ਤਾਂ ਆਵਾਜ਼ ਤਾਂ ਆਉਣੀ ਆ ਬੱਚਿਆਂ ਦੀ। ਤੇ ਹੁਣ ਇਹਨਾਂ ਨੂੰ ਢੱਕ ਦਿੰਦੇ ਹਾਂ ਅਤੇ ਚੱਲਦੇ ਹਾਂ ਉੱਪਰ। ਅਤੇ ਨਾਲੇ ਜਿਹੜਾ ਬੱਚਾ ਬਿਮਾਰ ਸੀਗਾ ਉਹਦਾ ਵੀ ਦੱਸਦੇ ਹਾਂ ਤੁਹਾਨੂੰ ਕੀ ਹੋਇਆ ਕੀ ਨਹੀਂ। ਅਤੇ ਖੁੱਡਾ ਜਿਹੜਾ ਆਪਾਂ ਢੱਕਤਾ ਆ, ਅਤੇ ਹੁਣ ਜਿਹੜਾ ਚੱਲਦੇ ਆ ਆਪਾਂ ਕਬੂਤਰ ਵੱਲ, ਅਤੇ ਉੱਧਰ ਦਾਣਾ ਦੂਣਾ ਪਾਉਂਦੇ ਹਾਂ। ਅਤੇ ਆਪਣਾ ਇੱਕ ਇੰਸਟਾ 'ਤੇ ਨਿਊ ਪੇਜ ਬਣਾਇਆ ਸ਼ਾਇਰੀ ਵਾਲਾ, ਜੇ ਤੁਸੀਂ ਸ਼ਾਇਰੀ ਪਸੰਦ ਕਰਦੇ ਹੋ ਤਾਂ ਤੁਸੀਂ ਸਾਈਡ 'ਤੇ ਦੇਖ ਰਹੇ ਹੋਗੇ ਪੇਜ ਆ ਰਿਹਾ ਇੰਸਟਾਗ੍ਰਾਮ ਦਾ, ਤੁਸੀਂ ਜਾ ਕੇ ਉੱਥੇ ਫੋਲੋ ਕਰ ਸਕਦੇ ਹੋ, ਕਰ ਲਓ ਛੇਤੀ ਫਿਰ। ਤੇ ਹੁਣੇ ਜਿਹੜਾ ਇਹਨਾਂ ਦਾ ਪਾਣੀ ਪੂਣੀ ਚੇਂਜ ਕਰਤਾ ਸੀਗਾ, ਤਾਂ ਹੁਣ ਇਹਨਾਂ ਨੂੰ ਬਾਹਰ ਛੱਡਦੇ ਆ ਪਹਿਲਾਂ। ਅੱਜ ਮੌਸਮ ਥੋੜ੍ਹਾ ਠੰਡਾ ਜਿਹਾ ਆ, ਹਵਾ ਹੁਵਾ ਹੀ ਚੱਲਦੀ ਪਈ ਆ, ਧੁੱਪ ਜਿਹੜੀ ਆ ਨਿਕਲੀ ਨਹੀਂ, ਬੱਦਲ ਬੱਦਲ ਜਿਹਾ ਹੋਇਆ ਪਿਆ। ਅਤੇ ਆ ਦੋ ਜਿਹੜੇ ਅੰਦਰ ਰਹਿ ਗਏ ਆ, ਇਹਨਾਂ ਨੂੰ ਵੀ ਬਾਹਰ ਕੱਢ ਦਿੰਦੇ ਆ। ਅਤੇ ਬੱਚਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਸੈੱਟ ਹੋ ਗਿਆ, ਅਤੇ ਕਿੱਦਾਂ ਸਹੀ ਹੋਇਆ ਉਹ ਵੀ ਮੈਂ ਤੁਹਾਨੂੰ ਦੱਸਦਾ। ਇਹ ਜਿਹੜਾ ਆਪਾਂ ਇਹਨੂੰ ਬੱਚੇ ਨੂੰ ਕੱਲ੍ਹ ਸਾਰੀ ਦਿਹਾੜੀ ਬਾਹਰ ਰੱਖਿਆ ਸੀ ਪਿੰਜਰੇ 'ਚ ਪਾ ਕੇ ਧੁੱਪੇ, ਅਤੇ ਧੁੱਪੇ ਬੜਾ ਵਧੀਆ ਪਤਾ ਨਹੀਂ ਕਿੱਦਾਂ 3-4 ਘੰਟੇ ਦੇ ਅੰਦਰ ਅੰਦਰ ਆਪੇ ਠੀਕ ਹੋ ਗਿਆ। ਪਹਿਲਾਂ ਤਾਂ ਇੱਦਾਂ ਹੀ ਲੰਮਾ ਜਿਹਾ ਪਿਆ ਰਿਹਾ, ਅਤੇ ਉਸ ਤੋਂ ਬਾਅਦ ਜਿਹੜਾ ਆ, ਅਤੇ ਮੈਂ ਜਦੋਂ ਸ਼ਾਮ ਨੂੰ ਆ ਕੇ ਦੇਖਿਆ 3-4 ਵਜੇ, ਅਤੇ ਆਰਾਮ ਨਾਲ ਬੜਾ ਵਧੀਆ ਬੈਠਾ ਸੀਗਾ ਖੜਾ ਹੋ ਕੇ ਲੱਤਾਂ 'ਤੇ ਆਪਣੇ ਦੋਵਾਂ 'ਤੇ। ਪਹਿਲਾਂ ਜਿਹੜਾ ਤੁਹਾਨੂੰ ਪਤਾ ਖੜ ਵੀ ਨਹੀਂ ਹੁੰਦਾ ਜੇ ਤੋਂ ਚੱਜ ਨਾਲ, ਅਤੇ ਉਸ ਵੇਲੇ ਬੜਾ ਵਧੀਆ ਸੀਗਾ, ਤਾਂ ਫਿਰ ਮੈਂ ਉਹਨੂੰ ਚੱਕ ਕੇ ਫਿਰ ਇੱਥੇ ਰੱਖਤਾ ਸੀਗਾ, ਅਤੇ ਕਬੂਤਰਾਂ ਨੇ ਆਪਣਾ ਦਾਣਾ ਦੂਣਾ ਪਾਇਆ ਇਹਨਾਂ ਨੂੰ। ਅਤੇ ਰਾਤੀ ਮੈਂ ਸਾਰੀ ਰਾਤ ਬਲਬ ਜਗਦਾ ਰਹਿਣ ਦਿੱਤਾ ਸੀ ਕਿ ਅੰਦਰ ਗਰਮੈਸ਼ ਜੀ ਬਣੀ ਰਹੇ, ਅਤੇ ਹੁਣ ਇਹਨੂੰ ਦਿੰਦੇ ਹਾਂ ਇੱਦਾਂ ਲਾ। ਬਾਹਰ ਜਿਹੜਾ ਮੀਂਹ ਸਟਾਰਟ ਹੋ ਗਿਆ ਵਾ, ਮੀਂਹ ਪੈਣ ਲੱਗ ਪਿਆ, ਹੁਣ ਲੱਗਦਾ ਅੰਦਰ ਹੀ ਕਰਨੇ ਪੈਣੇ, ਅੰਦਰ ਹੀ ਦਾਣਾ ਪਾਣੀ ਪਾਉਣਾ ਪੈਣਾ ਇਹਨਾਂ ਨੂੰ। ਚਾਹ ਖੁੱਡੇ, ਅਚਾਨਕ ਹੀ ਮੀਂਹ ਹੋ ਗਿਆ ਸ਼ੁਰੂ। ਤੇ ਸੱਚ ਇਹਦੀ ਜਿਹੜੀ ਕਬੂਤਰੀ ਆ ਉਹ ਨਹੀਂ ਦੇਖੀ, ਉਹਨੂੰ ਵੀ ਦੇਖਦੇ ਹਾਂ, ਥੱਲੇ ਬੈਠੀ ਹੋਣੀ ਮੇਰੇ ਖਿਆਲ, ਆਂਡੇ ਦੇ ਦੇਣੇ ਉਹਨੇ 1-2 ਦਿਨ ਤੱਕ, ਉਹ ਬੈਠੀ ਆ, ਇਹਨੂੰ ਕੱਢ ਕੇ ਦੇਖੀ ਕਿਤੇ ਆਂਡੇ ਤਾਂ ਨਹੀਂ ਦਿੱਤੇ ਨੇ, ਮੈਨੂੰ ਲੱਗਦਾ ਆਂਡਾ ਦਿੱਤਾ ਇਹਨੇ ਜਿੱਦਾਂ ਬੈਠੀ ਆ। ਉਹ ਤੁਸੀਂ ਦੇਖ ਸਕਦੇ ਹੋ ਆਂਡਾ ਦੇ ਦਿੱਤਾ ਇਹਨੇ, ਦੇਖੋ ਇੱਕ ਆਂਡਾ ਦੇ ਦਿੱਤਾ, ਦੇਖ ਕੇ ਦੇ ਦੂਗੀ ਛੇਤੀ, ਤਾਂਹੀਓ ਮੈਂ ਕਹਾਂ ਮੈਂ ਕਿ ਨਿਕਲੀ ਨਹੀਂ। ਇਹਦਾ ਜਿਹੜਾ ਕਬੂਤਰ ਸੀਗਾ ਬਾਹਰ ਸੀਗਾ, ਇਹ ਆਪ ਇਕੱਲੀ ਅੰਦਰ ਸੀਗੀ, ਅਤੇ ਜਿਹੜੇ ਇੱਧਰ ਵੀ ਆ ਇੱਧਰ ਆਂਡੇ ਉਂਡੇ ਦਿੱਤੇ ਨੀਗੇ ਨਾ, ਇੱਧਰ ਇੱਧਰ ਤਾਂ ਖੈਰ ਹੁਣ ਆ ਸਹੀ ਹੈ ਨਹੀਂ ਆ। ਅਤੇ ਜਿਹੜੇ ਆਹੀ ਆਂਡਾ ਜਿਹੜਾ ਆ ਥੱਲੇ ਜਿਹੜਾ ਆ, ਇਹੀ ਆਪਾਂ ਚੱਕ ਕੇ ਇੱਥੇ ਇੱਕ ਰੱਖ ਦੇਣਾ, ਦੇਖਦੇ ਹਾਂ ਪਾਲਦੀ ਆ ਕਿ ਨਹੀਂ, ਬਹਿੰਦੀ ਆ ਕਿ ਨਹੀਂ ਆਂਡੇ 'ਤੇ। ਅਤੇ ਬਾਕੀ ਹੁਣ ਇਹਨਾਂ ਨੂੰ ਅੰਦਰ ਹੀ ਦਾਣਾ ਪਾਣੀ ਪਾਉਂਦੇ ਹਾਂ। ਤੇ ਦਾਣੇ ਵੀ ਆ ਜਿਹੜੇ ਪਾਤੇ ਆ, ਤੇ ਪਾਣੀ ਵੀ ਸਵੇਰੇ ਮੈਂ ਚੇਂਜ ਕਰ ਦਿੱਤਾ, ਤੇ ਤੁਸੀਂ ਦੇਖ ਸਕਦੇ ਹੋ ਹੁਣ ਲੱਪੇ ਖਾਣ। ਤੇ ਆਪਾਂ ਜਿਹੜਾ ਬਲਬ ਜਗਾਉਂਦੇ ਆ ਥੱਲੇ ਜਾ ਕੇ, ਤੇ ਆਪਣਾ ਅੰਦਰ ਖਾਣਗੇ, ਜੇ ਮੀਂਹ ਮੂੰਹ ਰੁਕਿਆ ਫਿਰ ਇਹਨਾਂ ਨੂੰ ਬਾਹਰ ਛੱਡਾਂਗੇ, ਨਹੀਂ ਤਾਂ ਅੰਦਰ ਹੀ ਰਹਿਣਗੇ ਇਹ। ਤੇ ਮੀਂਹ ਜਿਹੜਾ ਰੁਕਿਆ ਸੀ, ਤੇ ਮੈਂ ਜਦ ਤੱਕ ਨੂੰ ਰੋਟੀਆਂ ਚੂਰ ਲਈਆਂ, ਤੇ ਹੁਣ ਇਹਨਾਂ ਨੂੰ ਛੱਡਦੇ ਹਾਂ ਬਾਹਰ।
तो मी जेड़ा फिर दोबारा स्टार्ट हो गया है। तो सारे जेड़े कबूतर मैं अंदर करते हैं। सो इतने ही अपनी वीडियो का एंड करते हैं। सो ये साड़ी अज की वीडियो, आई होप कि तुम्हें पसंद आएगी। जो वीडियो पसंद आई तो वीडियो लाइक, चैनल सब्सक्राइब कर दो। सो मिलते हैं नेक्स्ट वीडियो।